ਇੱਦਾਂ ਦਾ ਬਹੁਤ ਹੀ ਜ਼ਿਆਦਾ ਪੂਰੇ ਹਿੰਦੁਸਤਾਨ ਦੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈਗਾ ਪ੍ਰੋਗਰਾਮ। ਸਾਡੀ ਡਾਕਟਰ ਅੰਬੇਦਕਰ ਬਾਦਲ ਸਭਾ ਵੱਲੋਂ ਵੀ ਜਿਹੜਾ ਹੈਗਾ ਉਹਦਾ ਪ੍ਰੋਗਰਾਮ ਆਈ ਟੀ ਚੌਂਕ 'ਤੇ ਪਹਿਲਾਂ ਵੱਜਦਾ ਸੀਗਾ, ਹੁਣ ਅਸੀਂ ਡਾਕਟਰ ਅੰਬੇਦਕਰ ਚੌਂਕ ਨਾਮ ਦਿੱਤਾ ਗਿਆ ਅਤੇ ਸਟੈਚੂ ਲਗਾਇਆ ਗਿਆ ਹੈ। ਅਤੇ ਅਸੀਂ ਇਹੀ ਸੰਦੇਸ਼ਾ ਦਿਆਂਗੇ ਕਿ ਹਰ ਵਕਤ ਜਿਹੜੇ ਸਾਡਾ ਇਹ ਲੇਖ ਸੀਗਾ ਸਾਡੇ ਸਮਾਜ ਦਾ, ਇਹਨਾਂ ਨੇ ਬਹੁਤ ਹੀ ਰਚਨਾ ਜਿਹੜੀ ਬੜੀ ਵਧੀਆ ਕਰੀ ਹੈ, ਔਰ ਅੱਜ ਸਾਡੇ ਵਿੱਚ ਸਾਡੇ ਐਸ਼ੋ ਸਾਹਿਬ ਪ੍ਰਧਾਨ ਜੀ ਇਹ ਮਾਹੌਲ ਬਣਾ ਕੇ ਗਏ ਆ ਵੀ ਜਾਤੀ ਵਾਪਤੀ ਛੱਡ ਕੇ ਸਾਰੇ ਇੱਕ ਮੁੱਠ ਰਹੇ ਔਰ ਭਾਈਚਾਰਾ ਕਾਇਮ ਰੱਖੇ ਅਤੇ ਸਾਰੇ ਇੱਕ ਦੂਸਰੇ ਨਾਲ ਸਾਹ ਚਾਰ ਕਰੇ। ਐਡਮਿਨਿਸਟ੍ਰੇਸ਼ਨ ਦਾ ਕਿੰਨਾ ਕੁ ਸਹਿਯੋਗ ਹੈ ਤੁਹਾਡੇ ਨਾਲ? ਉਹਨਾਂ ਦਾ ਸਹਿਯੋਗ ਹੈ ਵੀ ਜੋ ਰਚਨਾ ਇਹਨਾਂ ਨੇ ਕੀਤੀ ਆ ਉਹਨਾਂ ਨੇ ਵੀ ਆਪਣੇ ਸ਼ਬਦ ਵਿੱਚ ਕਿਹਾ ਵੀ ਅਸੀਂ ਇਹਨਾਂ ਨੂੰ ਦੇਣ ਦਾ ਨਹੀਂ ਦੇ ਸਕਦੇ, ਔਰ ਇਹਨਾਂ ਦੇ ਜਿਹੜੇ ਸੰਵਿਧਾਨ ਆ ਲਿਖੇ ਹੋਏ ਸੀ ਉਹਨਾਂ ਦੇ ਚੱਲ ਸਕੀਏ ਅਤੇ ਪੂਰਨ ਆਪਾਂ ਜਿਹੜਾ ਅਪਣਾ ਸਕੀਏ ਇਹਨਾਂ ਦੇ ਲੇਖ ਜੋ ਲਿਖੇ। ਆਪਣੇ ਮੈਂਬਰਾਂ ਨੂੰ ਕੀ ਪ੍ਰੇਰਣਾ ਦੇਣਾ ਚਾਹੁੰਦੇ ਹੋ ਇਹਦੇ ਬਾਰੇ? ਹਾਂਜੀ, ਆਪਣੇ ਮੈਂਬਰ ਸਮਾਨਾਂ ਨੂੰ ਕੀ ਪ੍ਰੇਰਣਾ ਦੇਣਾ ਚਾਹੁੰਦੇ ਹੋ? ਮੈਂਬਰ ਸਾਹਿਬਾਨ ਸਾਡੇ ਜਿਹੜੇ ਹੈਗੇ ਆ ਸਾਰੇ ਅਸੀਂ ਅੱਜ ਇਹੀ ਕੰਮ ਕਰਕੇ ਜਾ ਰਹੇ ਹਾਂ ਕਿ ਜਿਹੜੇ ਨਸ਼ਾ ਅੱਜ ਕਰਦੀ ਹੈ ਵੀ ਆਪਾਂ ਬਾਬਾ ਸਾਹਿਬ ਦੀ ਸੋਚ 'ਤੇ ਪਹਿਰਾ ਦੇਣਗੇ।